ਅੱਜ ਮੈਂ ਜੋ ਇੱਕ ਬਹੁਤ ਪ੍ਰੋਪੇਗੈਂਡਾ ਮੇਰੇ ਖਿਲਾਫ਼ ਕੀਤਾ ਜਾ ਰਿਹਾ ਕਾਂਗਰਸ ਵੱਲੋਂ, ਅਕਾਲੀ ਦਲ ਵੱਲੋਂ, BJP ਵੱਲੋਂ, ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਮੇਰੀ ਆਪਣੀ ਪਾਰਟੀ ਵੀ ਉਸੇ ਹੀ ਟਰੈਪ ਦੇ ਵਿੱਚ ਕਿਤੇ ਫਸ ਗਏ ਨੇ ਅਨਨੋਇੰਗਲੀ। ਔਰ ਇਸ ਤਰ੍ਹਾਂ ਦਾ ਪ੍ਰੋਪੇਗੈਂਡਾ ਪੇਸ਼ ਕੀਤਾ ਜਾ ਰਿਹਾ ਕਿ ਜਿੱਦਾਂ ਸੁਖਪਾਲ ਸਿੰਘ ਖਹਿਰਾ ਇਕੱਲਾ ਇਸ ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਖਤਰਾ ਵਾ, ਔਰ ਇਕੱਲਾ ਇਹ ਇੱਕ ਵੱਖਰਾ ਰਾਜ ਬਣਾਉਣਾ ਚਾਹੁੰਦਾ ਅਤੇ ਭਾਰਤ ਦੇਸ਼ ਦੇ ਟੁਕੜੇ ਕਰਨਾ ਚਾਹੁੰਦਾ। ਇਸ 'ਤੇ ਮੈਂ ਅੱਜ ਆਪਣਾ ਪੱਖ ਅੱਛੀ ਤਰ੍ਹਾਂ ਕਲੀਅਰ ਕਰਨਾ ਚਾਹੁੰਦਾ। ਮੇਰੀ ਗੱਲ ਪਲੀਜ਼ ਧਿਆਨ ਨਾਲ ਸੁਣ ਲੈਣਾ, ਬਿਕੋਜ਼ ਰੋਜ਼ ਕਲੈਰੀਫਿਕੇਸ਼ਨ ਅੱਛੀ ਨਹੀਂ ਲੱਗਦੀ, ਕਿਉਂਕਿ ਕਲੈਰੀਫਿਕੇਸ਼ਨ ਉਹ ਹੁੰਦੀ ਹੈ ਜਦੋਂ ਤੁਸੀਂ ਕੋਈ ਗੱਲ ਗਲਤ ਕਹੀ ਹੋਵੇ। ਮੈਂ 2020 ਰੈਫਰੈਂਡਮ ਨੂੰ ਲੈ ਕੇ ਕਦੀ ਵੀ ਉਸ ਨੂੰ ਸਪੋਰਟ ਨਹੀਂ ਕੀਤੀ, ਕਦੀ ਵੀ ਸਪੋਰਟ ਨਹੀਂ ਕੀਤੀ। ਆਏ ਸਟੇਟ ਕੈਟੇਗੋਰੀਕਲੀ ਦੈਟ ਆਈ ਹੈਵ ਨੈਵਰ ਸਪੋਰਟਿਡ ਰੈਫਰੈਂਡਮ 2020। 14 ਨੂੰ ਗਵਰਨਰ ਸਾਹਿਬ ਦੇ ਰਿਹਾਇਸ਼ ਤੋਂ ਨਿਕਲ ਕੇ ਬਾਹਰ ਮੈਨੂੰ ਟੈਲੀਵਿਜ਼ਨ ਵਾਲਿਆਂ ਨੇ ਇਹ ਸਵਾਲ ਪੁੱਛਿਆ ਸੀਗਾ। ਮੈਂ ਉੱਥੇ ਵੀ ਕੋਈ ਮੈਨੂੰ ਕਲਿੱਪ ਪ੍ਰੋਡਿਊਸ ਕਰ ਦਿਓ ਜਿਹਦੇ 'ਚ ਆਵੇ ਕਿ ਹਾਂ ਮੈਂ ਸਪੋਰਟ ਕੀਤੀ ਹੈ। 15 ਨੂੰ ਬੈਂਸ ਹੋਣਾ ਦੀ ਜਿਹੜੀ ਸਾਰੀ ਵਿਕਟਮਾਈਜੇਸ਼ਨ ਹੋਈ, ਉੱਥੇ ਪਰਚਾ ਦਰਜ ਹੋਇਆ ਜਿਹੜਾ ਰਿੰਕੂ 'ਤੇ ਨਹੀਂ ਹੋਇਆ, ਅਤੇ ਮੈਂ ਸਪੀਕਰ ਸਾਹਿਬ ਨੂੰ ਮਿਲਿਆ, ਉੱਥੇ ਸਾਰਾ ਕੈਮਰਾ ਮੀਡੀਆ ਪਰਸਨ ਮੇਰੇ ਨਾਲ ਸੀਗੇ। ਅਨਫੋਰਚੁਨੇਟਲੀ ਇੱਕ ਪ੍ਰਿੰਟ ਮੀਡੀਆ ਦੇ ਦੋਸਤ, ਮੈਂ ਹੁਣ ਉਹਨਾਂ ਨਾਮ ਔਨ ਰਿਕਾਰਡ ਨਹੀਂ ਲੈਣਾ ਚਾਹੁੰਦਾ, ਉਹ ਕੈਮਰਿਆਂ ਦੇ ਨਾਲ ਹੀ ਖੜ੍ਹੇ ਇੱਥੇ ਸਾਈਡ 'ਤੇ। ਜੋ ਕੁਛ ਮੈਂ ਕੈਮਰਿਆਂ ਨੂੰ ਕਿਹਾ, ਕੈਮਰੇ ਵਾਲੇ ਮੈਨੂੰ ਦੁਬਾਰਾ ਦੇ ਟਰਾਇੰਗ ਟੂ ਪੁੱਟ ਵਰਡਸ ਇਨ ਟੂ ਮਾਈ ਮਾਊਥ, ਮੈਂ ਕਿਹਾ ਡੋਂਟ ਪੁੱਟ ਵਰਡਸ ਇਨ ਟੂ ਮਾਈ ਮਾਊਥ ਪਲੀਜ਼, ਡੋਂਟ ਪੁੱਟ ਵਰਡਸ ਇਨ ਟੂ ਮਾਈ ਮਾਊਥ। ਲੇਕਿਨ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਕੀ ਇਸ ਗੱਲ ਨੂੰ ਕਿੱਦਾਂ ਲਿਆ, ਅਤੇ ਸਿਰਫ ਇੱਕ ਅਖਬਾਰ ਦੇ ਵਿੱਚ, ਅੰਗਰੇਜ਼ੀ ਅਖਬਾਰ ਵਿੱਚ ਕੱਲ੍ਹ ਸਟੇਟਮੈਂਟ ਛਪ ਗਈ ਕਿ ਖਹਿਰਾ ਸਪੋਰਟਸ 2020 ਸਿੱਖ ਰੈਫਰੈਂਡਮ। ਅਗਰ ਮੈਂ ਸਪੋਰਟ ਕਰਨੀ ਹੁੰਦੀ, ਫਰਜ਼ ਕਰੋ ਇਟਸ ਸੱਚ ਇਸ਼ੂ, ਤਾਂ ਫਿਰ ਮੈਂ ਸਾਰੇ ਚੰਡੀਗੜ੍ਹ ਦੇ ਮੀਡੀਆ ਨੂੰ ਸਭ ਨੂੰ ਬੁਲਾਉਂਦਾ ਅਤੇ ਸਾਰਿਆਂ ਦੇ ਸਾਹਮਣੇ ਖੁੱਲ੍ਹੇਆਮ ਸਪੋਰਟ ਕਰਦਾ, ਕਿਉਂਕਿ ਮੈਂ ਕੋਈ ਗੱਲ ਕਹਿ ਨਹੀਂ ਸੀ ਰਿਹਾ। ਕੁਛ ਗੱਲਾਂ ਕਈ ਵਾਰ ਜਿੱਦਾਂ ਕੌਨਕੋਕ ਕਰਕੇ ਕੁਛ ਲਫ਼ਜ਼ ਧੱਕੇ ਦੇ ਨਾਲ ਉਹਨਾਂ ਨੇ ਛਾਪਤੇ, ਔਰ ਇਸ ਗਲਤ ਰਿਪੋਰਟ ਦੀ ਬਿਆਨਬਾਜ਼ੀ, ਉਸ ਅੰਗਰੇਜ਼ੀ ਰਿਪੋਰਟ ਦੀ ਬਿਆਨਬਾਜ਼ੀ ਨੂੰ ਮੈਂ ਕੱਲ੍ਹ ਉਹਨਾਂ ਦੇ ਐਡੀਟਰ ਨੂੰ ਅਪਰੋਕਸੀਮੇਟਲੀ ਕੋਈ 6:30 ਵਜੇ ਆਪ ਟੈਲੀਫੋਨ ਕੀਤਾ। ਮੈਂ ਹੁਣ ਅਖਬਾਰ ਦਾ ਨਾਮ ਨਹੀਂ ਲੈਣਾ ਚਾਹੁੰਦਾ, ਅਖਬਾਰ ਬਹੁਤ ਅੱਛੀ ਆ, ਸਾਡੇ ਸਾਰਿਆਂ ਦੇ ਦਿਲ ਦੇ ਬਹੁਤ ਨੇੜੇ ਆ, ਬਹੁਤ ਫੇਅਰ ਨਿਊਜ਼ ਪੇਪਰ ਆ, ਪਰ ਹੋ ਸਕਦਾ ਉਹਨਾਂ ਤੋਂ ਗਲਤੀ ਨਾਲ ਰਿਪੋਰਟ ਹੋ ਗਿਆ। ਮੈਂ ਗੱਲ ਉਹਨਾਂ ਦੇ ਐਡੀਟਰ, ਜਿਹੜੇ ਐਡੀਟਰ ਇਨ ਚੀਫ ਨੇ ਚੰਡੀਗੜ੍ਹ, ਮੈਂ ਉਹਨਾਂ ਦੇ ਧਿਆਨ 'ਚ ਲਿਆਤਾ। ਅੱਜ ਫਿਰ ਬੈਠ ਕੇ, ਅੱਜ ਮੈਂ ਜਦੋਂ ਅਖਬਾਰਾਂ ਚੁੱਕੀਆਂ ਤਾਂ ਫਿਰ ਕਿਤੇ ਨਾ ਕਿਤੇ ਇਹੀ, ਕਿਉਂਕਿ ਸੁਖਬੀਰ ਨੇ, ਮਜੀਠੀਏ ਨੇ, ਕੈਪਟਨ ਨੇ ਤਾਂ ਇਲਜ਼ਾਮ ਲਾਉਣੇ ਹੀ ਲਾਉਣੇ ਆ, ਬਿਕੋਜ਼ ਉਹਨਾਂ ਨੂੰ ਮੈਂ ਹਜ਼ਮ ਨਹੀਂ ਹੋ ਰਿਹਾ, ਕਿਉਂਕਿ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਚਾਹੀਦਾ ਕੋਈ ਨਰਮ ਜਿਹਾ ਬੰਦਾ, ਪੋਲਾ ਜਿਹਾ, ਜਿਹੜਾ ਉਹਨਾਂ ਦੇ ਨਾਲ ਇੱਦਾਂ ਅੱਖ 'ਚ ਅੱਖ ਪਾ ਕੇ ਉਹਨਾਂ ਦਾ ਵਿਰੋਧ ਨਾ ਕਰੇ। ਇਸ ਲਈ ਉਹਨਾਂ ਨੇ ਤਾਂ ਜੋ ਮੇਰੇ 'ਤੇ ਤਵੇ ਲਾਉਣੇ ਸੀ, ਹਮਲੇ ਕਰਨੇ ਸੀ, ਦੇ ਆਰ ਵੈਲਕਮ ਟੂ ਡੂ ਇਟ। ਸੁਨੀਲ ਜਾਖੜ ਸਾਹਿਬ ਤਾਂ ਮੇਰੇ ਖਿਆਲ ਸਾਰੀਆਂ ਹੱਦਾਂ ਹੀ ਟਪਾ ਗਏ, ਕਹਿੰਦੇ ਜੀ ਸੁਖਪਾਲ ਸਿੰਘ ਖਹਿਰਾ ਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ। ਲੁੱਕ ਐਟ ਦੀ ਅਨਡੈਮੋਕ੍ਰੈਟਿਕ ਪਰਸਨ, ਕਾਂਗਰਸ ਪ੍ਰੈਜ਼ੀਡੈਂਟ ਇਜ਼ ਸੇਇੰਗ ਔਨ ਵਨ ਹੇਅਰ ਸੇ, ਔਨ ਵਨ ਸਟੇਟਮੈਂਟ ਦੈਟ ਇਜ਼ ਪਬਲਿਸ਼ਡ ਇਨ ਵਨ ਪੇਪਰ, ਉਸ ਪੇਪਰ ਦੀ ਸਟੇਟਮੈਂਟ ਨੂੰ ਆਧਾਰ ਬਣਾ ਕੇ ਕਾਂਗਰਸ ਦੇ ਪ੍ਰੈਜ਼ੀਡੈਂਟ ਕਹਿੰਦੇ ਨੇ ਸੁਖਪਾਲ ਸਿੰਘ ਖਹਿਰਾ ਨੂੰ ਡਿਸਕੁਆਲੀਫਾਈ ਕਰ ਦੇਣਾ ਚਾਹੀਦਾ ਵਾ। ਕਮਾਲ ਆ, ਹਾਂਜੀ, ਉਹਦੀ ਮੈਂਬਰੀ ਖੋਲ੍ਹ ਲੈਣੀ ਚਾਹੀਦੀ ਆ, ਔਰ ਨਾਲ ਕਿ ਸੁਖਪਾਲ ਸਿੰਘ ਖਹਿਰਾ 'ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਵਾ।
I challenge the government, please collect all my, ever since this entire thing started off, I think 14th to pehla reaction shuru hoya te ajj apa 17 tarikh ch baithe haan, ajj tak mera koi bhi ek lafz ਜਿਹੜਾ ਮੇਰੇ ਮੂੰਹ 'ਚੋਂ ਨਿਕਲ ਰਿਹਾ ਨੋਟ ਵਿੱਚ ਜੋ ਛਪ ਰਿਹਾ ਵਾ, ਕਿਉਂਕਿ ਛਾਪਣ ਵਿੱਚ ਕਈ ਵਾਰੀ ਮੈਂ ਜਦੋਂ ਗੱਲ ਕਰਦਾ ਉਹ ਕਹਿੰਦੇ ਜੀ ਅਸੀਂ ਤਾਂ ਰਿਪੋਰਟ ਬੜੀ ਅੱਛੀ ਬਣਾ ਕੇ ਭੇਜੀ ਲੇਕਿਨ ਟੇਬਲ 'ਤੇ ਹੈਡਿੰਗ ਉਹਨਾਂ ਨੇ ਆਹ ਕੱਢਤਾ। ਇਹ ਵੀ ਕਈ ਵਾਰ ਮੈਨੂੰ ਦਲੀਲ ਮਿਲੀ ਆ ਕੁਛ ਨਿਊਜ਼ਪੇਪਰ ਦੇ ਲੋਕਾਂ ਤੋਂ, ਜਦੋਂ ਮੈਂ ਅਗਲੇ ਦਿਨ ਸਵੇਰੇ ਅਖਬਾਰ ਪੜ੍ਹਦਾ ਕਿ ਕਿਹਾ ਯਾਰ ਕਿਹਾ ਤਾਂ ਮੈਂ ਕੁਛ ਹੋਰ ਸੀ, ਛਾਪ ਕੁਛ ਹੋਰ ਹੀ ਦਿੱਤਾ। ਉਹ ਕਹਿੰਦੇ ਜੀ ਅਸੀਂ ਤਾਂ ਰਿਪੋਰਟ ਉਹੀ ਬਣਾ ਕੇ ਭੇਜੀ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਸੀਗੇ, ਪਰੰਤੂ ਜਿਹੜੇ ਟੇਬਲ 'ਤੇ ਲੋਕ ਬੈਠਦੇ ਨੇ ਹੈਡਿੰਗ ਉਹ ਕੱਢਦੇ ਨੇ। ਮੈਂ ਕਿਹਾ ਚਲੋ ਜੀ ਕੋਈ ਗੱਲ ਨਹੀਂ, ਆਈ ਐਮ ਸੌਰੀ ਫੋਰ ਦੈਟ। ਜੇ ਮੇਰੇ ਮੂੰਹ 'ਚੋਂ ਇਲੈਕਟ੍ਰੋਨਿਕ ਮੀਡੀਆ 'ਚੋਂ ਕੋਈ ਇੱਕ ਲਫ਼ਜ਼ ਪੇਸ਼ ਕਰ ਦੇਵੇ, ਆਈ ਵਿਲ ਨੋਟ ਓਨਲੀ ਯੂ ਨੋ ਕੁਇਟ ਐਜ ਲੀਡਰ ਆਫ ਆਪੋਜੀਸ਼ਨ ਐਂਡ ਆਲ, ਆਈ ਵਿਲ ਕੁਇਟ ਪੋਲੀਟਿਕਸ ਆਲ ਟੂਗੈਦਰ। ਆਪਾਂ ਛੱਡ ਹੀ ਦੇਵਾਂਗੇ ਜੀ ਕੰਮ, ਕਿਉਂਕਿ ਫਿਰ ਇਹ ਕੰਮ ਤਾਂ ਕਰਨਾ ਸੌਖਾ ਨਹੀਂ ਗਾ, ਕਿਉਂਕਿ ਮੈਂ ਕਹਾਂ ਕੁਛ ਅਤੇ ਛਪੇ ਕੁਛ। ਇਸ ਲਈ ਆਈ ਸਟਿਲ ਅਗੇਨ ਰੀਇਟਰੇਟ ਵੈਰੀ ਕੈਟਾਗੋਰੀਕਲੀ ਦੈਟ ਆਈ ਡੂ ਨੋਟ ਸਪੋਰਟ ਐਨੀ ਰੈਜੋਲਿਊਸ਼ਨ ਦੈਟ ਕ੍ਰੀਏਟਸ ਡਿਵੀਜ਼ਨ ਇਨ ਆਵਰ ਕੰਟਰੀ, ਬਿਕੋਜ਼ I have fought 5 elections here. I owe my allegiance to the Constitution of India. And this has gone in by way of affidavits. Is liye sari gal nu main itthe hi trash te debunk karda. Haan, eh main zarur daleel ditti si ki ke nobat kyon aa rahi hai? Aunni nahi si chahidi. Kyunki Punjabiyan ne te Sikhan ne ta is desh nu azad karawan vich sab to zyada yogdan paya. Sab to zyada phansiyan, sab to zyada kala pani, sab to zyada jailan Punjabiyan de te Sikhan diyan ne. ਅਤੇ ਸਭ ਤੋਂ ਜ਼ਿਆਦਾ ਖਮਿਆਜ਼ਾ ਵੀ ਪਾਰਟੀਸ਼ਨ ਦਾ ਪੰਜਾਬੀਆਂ ਨੇ ਭੁਗਤਿਆ। ਸਾਰੇ ਵੈਲ ਸੈਟਲਡ ਪਾਕਿਸਤਾਨ ਤੋਂ ਸਾਰੇ ਉੱਜੜ ਕੇ ਇੱਥੇ ਆਏ, ਪੰਜਾਬੀ ਸੀ ਨਾ ਸਭ ਤੋਂ ਜ਼ਿਆਦਾ, ਬਿਕੋਜ਼ ਪੰਜਾਬ ਵਾਜ਼ ਦੀ ਮੇਨ ਸਟੇਟ ਦੈਟ ਗੋਟ ਡਿਸਟਰਬਡ। ਅਤੇ ਫਿਰ ਜਦੋਂ ਅਸੀਂ ਸਾਰਾ ਕੁਛ ਅਸੀਂ ਜਾਨ ਲਾ ਦਿੱਤੀ ਅਤੇ ਜਦੋਂ ਸੂਬੇ ਬਣਨੇ ਸੀ ਭਾਸ਼ਾ ਦੇ ਆਧਾਰ 'ਤੇ, ਜਿਹੜੇ ਕੁਛ ਨਵੇਂ ਜਰਨਲਿਸਟ ਨੇ ਮੇਰੇ ਛੋਟੇ ਵੀਰ ਭੈਣਾਂ ਨੇ ਜਿਹੜੇ ਅੰਡਰ ਟ੍ਰੇਨਿੰਗ ਨੇ, ਇਟਸ ਫੋਰ ਦ ਇਨਫੋਰਮੇਸ਼ਨ ਆਲਸੋ, ਲਿੰਗੁਇਸਟਿਕ ਬੇਸਿਸ ਦੇ ਉੱਤੇ ਸਾਰੀਆਂ ਸਟੇਟਸ ਕਾਰਵ ਆਊਟ ਹੋਈਆਂ ਇੰਡੀਆ ਦੀਆਂ, ਯੂ ਨੋ ਵੈਦਰ ਇਟਸ ਤੇਲਗੂ ਦੇਸ਼ਮ, ਵੈਦਰ ਇਟਸ ਵੈਸਟ ਬੰਗਾਲ, ਵੈਦਰ ਇਟ ਵਾਜ਼ ਅਦਰ ਸਟੇਟਸ, ਪਰ ਪੰਜਾਬ ਨੂੰ ਲਿੰਗੁਇਸਟਿਕ ਬੇਸਿਸ ਦੇ ਉੱਤੇ ਆਪਣਾ ਹੱਕ ਲੈਣ ਲਈ ਲੜਨਾ ਪਿਆ, ਮੋਰਚਾ ਲਾਉਣਾ ਪਿਆ। ਫਾਈਨਲੀ 1966 ਵਿੱਚ ਪੰਜਾਬੀ ਸੂਬਾ ਬਣਿਆ, ਪਰ ਉਹਦੇ 'ਚੋਂ ਪੰਜਾਬੀ ਬੋਲਦੇ ਇਲਾਕੇ ਬਾਹਰ ਰਹਿ ਗਏ ਨੇ, ਲੰਗੜਾ ਅਤੇ ਲੂਲਾ ਪੰਜਾਬੀ ਸੂਬਾ ਬਣ ਗਿਆ। ਹਰਿਆਣਾ ਅਤੇ ਹਿਮਾਚਲ ਨੇ ਸੂਬਾ ਮੰਗਿਆ ਹੀ ਨਹੀਂ ਸੀਗਾ, ਉਹਨਾਂ ਨੂੰ ਬੈਠੇ ਬਿਠਾਏ ਸੂਬਾ ਮਿਲ ਗਿਆ। ਚਲੋ ਉਹ ਵੀ ਹੋ ਗਿਆ। ਦੇਅਰ ਆਫਟਰ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਹਦੇ ਨਾਲ ਪੰਜਾਬੀਆਂ ਦੇ ਗੁਰੂ ਨਾਨਕ ਨਾਮ ਲੇਵਾ ਦੇ ਜਿਹੜੇ ਦਿਲ ਸੀਗੇ ਉਹਨਾਂ ਨੂੰ ਬਹੁਤ ਭਾਰੀ ਠੇਸ ਪਹੁੰਚੀ, ਔਰ ਉਹ ਅਕਾਲ ਤਖਤ ਦਾ ਢਹਿ ਜਾਣਾ ਲੈਫਟ ਗ੍ਰੀਵੀਅਸ ਇੰਜਰੀਜ਼ ਔਨ ਦੀ ਹਾਰਟਸ ਆਫ ਆਲ ਪੀਪਲ ਹੂ ਆਰ ਫੋਲੋਅਰਸ ਆਫ ਗੁਰੂ ਨਾਨਕ ਨਾਮ ਲੇਵਾ ਜਿਹੜੇ ਸੀਗੇ। ਉਹਦੇ 'ਚ ਬਹੁਤ ਸਾਰੇ ਧਰਮ ਇੱਦਾਂ ਦੇ ਨੇ ਜਿਹੜੇ ਗੁਰੂ ਨਾਨਕ ਦੇ ਚੇਲੇ ਨੇ, ਸਭ ਦੇ ਦਿਲ ਦੇ ਉੱਤੇ ਦੁੱਖ ਹੋਇਆ ਕਿ ਇਸ ਸਥਾਨ ਦੇ ਉੱਤੇ ਇੱਦਾਂ ਹਮਲਾ ਨਹੀਂ ਸੀ ਹੋਣਾ ਚਾਹੀਦਾ। ਬਹੁਤ ਸਾਰੇ ਡਿਵੋਟੀਜ਼ ਮਾਰੇ ਗਏ। ਦੇਅਰ ਆਫਟਰ ਦੀ ਜੈਨੋਸਾਈਡ ਆਫ ਸਿੱਖਸ, ਸਿੱਖਾਂ ਦਾ ਕਤਲੇਆਮ ਦਿੱਲੀ ਦੇ ਵਿੱਚ 34 ਸਾਲ ਤੋਂ ਬਾਅਦ ਅੱਜ ਤੱਕ, ਤੁਸੀਂ ਮੈਨੂੰ ਦੱਸ ਦਿਓ ਕਿਸੇ ਨੂੰ ਇਨਸਾਫ ਮਿਲਿਆ ਵਾ? ਕਮਿਸ਼ਨ 'ਤੇ ਕਮਿਸ਼ਨ, ਕਮੇਟੀਆਂ 'ਤੇ ਕਮੇਟੀਆਂ, ਲੇਕਿਨ ਇਨਸਾਫ ਉਹਨਾਂ ਦਿੰਦੇ ਨੇ? ਇਹ ਸਾਰੀਆਂ ਗੱਲਾਂ ਜਦੋਂ ਗੱਲਾਂ ਬਣਦੀਆਂ ਨੇ ਇੱਕ ਤਸਵੀਰ, ਅਤੇ ਫਿਰ ਉੱਥੋਂ ਲੋਕਾਂ ਦੇ ਜਜ਼ਬਾਤ ਸਾਹਮਣੇ ਆਉਣ ਲੱਗਦੇ ਨੇ। ਮੇਰੇ 'ਤੇ ਤਾਂ ਇਲਜ਼ਾਮ ਬਹੁਤ ਸੌਖਾ ਲਾਤਾ ਸੁਖਬੀਰ ਅਤੇ ਵਿਕਰਮ ਨੇ, ਲੇਕਿਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਕਿ ਆਹ ਮੇਰੇ ਕੋਲ ਮੈਮੋਰੈਂਡਮ ਹੈ ਜਿਹੜਾ
1992 ਦੇ ਅਪ੍ਰੈਲ 'ਚ ਵਿੱਚ ਕਿਹਨੂੰ ਦਿੱਤਾ ਗਿਆ? ਯੂ ਐਨ ਓ ਦੇ ਵਿਜ਼ਿਟਿੰਗ ਸੈਕਰਟਰੀ ਜਨਰਲ ਸੀਗੇ ਮਿਸਟਰ ਬੋਤਰਸ ਘਾਲੀ। ਅਕਾਲੀ ਦਲ ਦੇ ਲੀਡਰਸ਼ਿਪ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਇੱਕ ਮੈਮੋਰੈਂਡਮ ਗਿਆ ਅਤੇ ਉਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿਗਨੇਟਰੀ ਸੀਗੇ। ਇਹ ਮੈਮੋਰੈਂਡਮ ਕੀ ਕਹਿੰਦਾ ਸੀਗਾ? ਔਰ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਨਹੀਂ ਦੇ ਰਹੇ ਸੀਗੇ, ਯੂ ਐਨ ਓ ਦੇ ਵਿਜ਼ਿਟਿੰਗ ਸੈਕਟਰੀ ਜਨਰਲ ਨੂੰ ਦੇ ਰਹੇ ਸੀਗੇ। ਕੀ ਕਹਿੰਦੇ ਸੀਗੇ? ਕਿ ਸਿੱਖਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਚਾਹੀਦਾ ਵਾ। ਜੋ 2020 ਦਾ ਹੈ ਰੈਫਰੈਂਡਮ, ਉਹ ਬਾਦਲ ਸਾਹਿਬ ਨੇ 1992 'ਚ ਗੱਲ ਕਹਿਤੀ ਸੀਗੀ, ਪਰ ਬਾਦਲ ਸਾਹਿਬ ਐਂਟੀਨੈਸ਼ਨਲ ਨਹੀਂ ਗਿਣੇ ਜਾਣਗੇ ਨਾ, ਕਿਉਂਕਿ ਉਹ ਦੇਸ਼ ਭਗਤ ਨੇ। ਬਾਦਲ ਸਾਹਿਬ ਇਜ਼ ਔਨ ਰਿਕਾਰਡ ਜਦੋਂ ਓਪਰੇਸ਼ਨ ਬਲੂ ਸਟਾਰ ਤੋਂ ਬਾਅਦ BBC ਨੂੰ ਇੰਟਰਵਿਊ ਦਿੱਤੀ ਆ। ਮਾਇੰਡ ਯੂ, ਕੋਈ ਛੋਟੀ ਮੋਟੀ ਏਜੰਸੀ ਨੂੰ ਨਹੀਂ ਦਿੱਤੀ। ਮਾਰਕ ਟੈਲੀ ਵਾਜ਼ ਹੇਅਰ ਐਜ਼ ਦਾ BBC ਕੋਰਸਪੋਂਡੈਂਟ ਇਨ ਇੰਡੀਆ। ਸ਼ਾਇਦ ਬਾਜਪੁਰ ਦੇ ਫਾਰਮ ਹਾਊਸ ਤੋਂ ਬਾਦਲ ਸਾਹਿਬ ਨੇ ਸਾਰੇ ਧਰਮੀ, ਸਾਰੇ ਸਿੱਖ ਅਫਸਰਾਂ ਅਤੇ ਜਵਾਨਾਂ ਅਤੇ ਫੌਜੀਆਂ ਨੂੰ ਕਿਹਾ ਕਿ ਆਪਣੀਆਂ ਬੈਰਕਾਂ ਤੋੜ ਕੇ ਦਰਬਾਰ ਸਾਹਿਬ ਵੱਲ ਨੂੰ ਕੂਚ ਕਰ ਦਿਓ। ਉਹ ਭੋਲੇ ਲੋਕ, ਜਜ਼ਬਾਤੀ ਲੋਕ, ਉਹਨਾਂ ਨੇ ਕੂਚ ਕਰਤਾ, ਬਹੁਤ ਸਾਰੇ ਰਾਹ ਦੇ ਵਿੱਚ ਮਾਰੇ ਗਏ, ਬਹੁਤ ਸਾਰੇ ਅੱਜ ਵੀ ਜੇਲ੍ਹਾਂ 'ਚ ਸੜ ਗਏ, ਉਹਨਾਂ ਦਾ ਨਾਮ ਅਲਟੀਮੇਟਲੀ ਪੈ ਗਿਆ ਧਰਮੀ ਫੌਜੀ, ਸਿੱਖ ਧਰਮੀ ਫੌਜੀ। ਪਰ ਬਾਦਲ ਸਾਹਿਬ ਇਹ ਬਿਆਨ ਤਾਂ ਦੇ ਗਏ ਅਤੇ ਮੁੜ ਕੇ ਆਪਣੇ ਰੈਸਟ ਹਾਊਸ ਜਾ ਕੇ ਆਰਾਮ ਨਾਲ ਪੈ ਗਏ ਜਿੱਥੇ ਫਾਰਮ ਹਾਊਸ ਸੀਗਾ। ਵਾਜ਼ ਦੈਟ ਨੋਟ ਐਂਟੀ ਨੈਸ਼ਨਲ ਐਕਟ ਆਫ ਮਿਸਟਰ ਪ੍ਰਕਾਸ਼ ਸਿੰਘ ਬਾਦਲ? ਕੈਪਟਨ ਅਮਰਿੰਦਰ ਸਿੰਘ ਜਿਹੜੇ ਅੱਜ ਕਹਿ ਰਹੇ ਨੇ ਕਿ ਮੈਂ ਬਹੁਤ ਦੇਸ਼ ਭਗਤ ਹਾਂ, ਆ ਅੰਮ੍ਰਿਤਸਰ ਐਲਾਨਨਾਮੇ ਦੀ ਫੋਟੋ ਆ ਮੇਰੇ ਕੋਲ। 1994 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਐਲਾਨਨਾਮਾ ਪੜਿਆ ਗਿਆ, ਇਹਦਾ ਨਾਮ ਸੀਗਾ ਅੰਮ੍ਰਿਤਸਰ ਡੈਕਲੇਰੇਸ਼ਨ। ਅੰਮ੍ਰਿਤਸਰ ਡੈਕਲੇਰੇਸ਼ਨ ਇਹਦੇ 'ਚ ਸਰਦਾਰ ਸੁਰਜੀਤ ਸਿੰਘ ਬਰਨਾਲਾ, ਸਿਮਰਨਜੀਤ ਸਿੰਘ ਮਾਨ ਅਤੇ ਹੋਰ ਆਗੂਆਂ ਦੇ ਸਮੇਤ ਡੈਕਲੇਰੇਸ਼ਨ ਕੈਪਟਨ ਸਾਹਿਬ ਪੜ੍ਹ ਰਹੇ ਨੇ। ਹੈ ਥੋੜ੍ਹਾ ਜਿਹਾ ਦੂਰ, ਤੁਹਾਨੂੰ ਔਖਾ ਲੱਗਣਾ ਵਾ। ਉਸ ਡੈਕਲੇਰੇਸ਼ਨ ਵਿੱਚ ਕੀ ਸੀਗਾ? ਹੁਣ ਟਾਈਮ ਜ਼ਿਆਦਾ ਲੱਗਣਾ ਮੇਰੇ ਕੋਲ, ਡੈਕਲੇਰੇਸ਼ਨ ਦੀ ਕਾਪੀ ਵੀ ਹੈਗੀ ਆ। ਅਗੇਨ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਅਟੋਨਮਸ ਸਟੇਟ, ਅਟੋਨਮਸ ਸਟੇਟ ਆਫ ਪੰਜਾਬ ਡਿਮਾਂਡ ਸੀਗੀ, ਵਿਚ ਵਾਜ਼ ਅਗੇਨ ਇਕੁਅਲੈਂਟ ਟੂ 2020। ਆ ਹੁਣੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਜਿੱਦਣ ਬਰਸੀ ਹੋਈ ਆ ਬਲੂ ਸਟਾਰ ਦੀ, ਆ ਹੁਣੇ ਥੋੜ੍ਹੇ ਦਿਨ ਪਹਿਲਾਂ 6 ਜੂਨ ਨੂੰ, ਉਹਨਾਂ ਨੇ ਬਿਆਨ ਦਿੱਤਾ ਵਾ। ਮੈਂ ਨਹੀਂ ਦੇ ਰਿਹਾ ਬਿਆਨ, ਉਹਨਾਂ ਦਾ ਬਿਆਨ ਹੈ, ਹਾਲੋ ਪੜ੍ਹ ਲਓ। ਉਹਨਾਂ ਤੋਂ ਪੁੱਛ ਲਿਓ ਕਿ ਤੁਸੀਂ ਬਿਆਨ ਤਾਂ ਨਹੀਂ ਦਿੱਤਾ ਕੋਈ ਇੱਦਾਂ ਦੀ ਗਲਤੀ ਨਾਲ, ਤਾਂ ਨਹੀਂ ਦੇ ਹੋ ਗਿਆ ਕੋਈ ਨਿਕਲ ਗਿਆ ਮੂੰਹ ਦੇ ਵਿੱਚੋਂ? ਆਹ ਬਿਆਨ ਆ ਉਹਨਾਂ ਦਾ, ਉਹ ਕੀ ਕਹਿੰਦੇ ਨੇ? ਹੀ ਸੈਡ ਦੈਟ ਸਿੱਖਸ ਵਾਂਟਡ ਅ ਅਟੋਨਮਸ ਸਟੇਟ ਵੇਅਰ ਬਾਰਿੰਗ ਡਿਫੈਂਸ ਐਂਡ ਫਾਈਨੈਂਸ ਦੇ ਕੁਡ ਮੇਕ ਦੇਅਰ ਓਨ ਡਿਸੀਜਨਸ। ਅਟੋਨਮਸ ਸਟੇਟ, ਸਮਥਿੰਗ ਕਲੋਜ਼ ਟੂ 2020 ਰੈਫਰੈਂਡਮ। ਜੇ ਇਹ ਔਰ ਅਨੰਦਪੁਰ ਸਾਹਿਬ ਦਾ ਮਤਾ ਘੜਿਆ ਗਿਆ, ਉੱਥੇ ਸਭ ਤੋਂ ਪਹਿਲਾਂ 1972 ਦਾ ਜਿਸ ਨੇ ਇਸ ਦੇਸ਼ ਵਿੱਚ ਵਿਵਾਦ ਖੜਾ ਕੀਤਾ ਕਿ ਵੱਖਵਾਦੀ ਮਤਾ ਆਇਆ ਵਾ, ਉਹਦੇ 'ਤੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਈਨ ਸੀਗੇ। ਅਤੇ ਇਹ ਲੋਕ ਕਰਨ ਕੁਛ, ਉਹ ਐਂਟੀ ਨੈਸ਼ਨਲ ਨਹੀਂ ਗਾ। ਇਹ ਵਸਣ ਸਿੰਘ ਜਫਰਵਾਲ ਨੂੰ, ਜਿਹੜਾ ਵਨ ਆਫ ਦਾ ਮੋਸਟ ਡਰੈਡਿਡ ਮਿਲੀਟੈਂਟ ਸੀਗਾ, ਉਹਨੂੰ ਵਾਪਸ ਲੈ ਆਉਣ 'ਤੇ ਇਹ ਐਂਟੀ ਨੈਸ਼ਨਲ ਨਹੀਂ ਗਏ। ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸਭ ਤੋਂ ਵੱਡਾ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਮਾਂਡਰ ਸੀਗਾ, ਮਾਲਵੇ ਦੀ ਧਰਤੀ 'ਤੇ ਉਹਦਾ ਭੋਗ ਪਿਆ। ਬਾਦਲ ਸਾਹਿਬ ਉਸ ਭੋਗ, ਬਾਦਲ ਨੂੰ ਪੁੱਛੋ ਬਿਕਰਮ ਹੋਣਾ ਨੂੰ ਕਿ ਉਸਦਾ ਭੋਗ ਅਟੈਂਡ ਕੀਤਾ ਕਿ ਨਹੀਂ ਕੀਤਾ।
ਪਰ ਉਹ ਐਂਟੀ ਨੈਸ਼ਨਲ ਨਹੀਂ ਗਿਣੇ ਜਾਣਗੇ। ਅਤੇ ਸੁਖਪਾਲ ਸਿੰਘ ਖਹਿਰਾ ਜਿਹੜਾ ਜਿਹਨੇ ਕੋਈ ਲਫ਼ਜ਼ ਨਹੀਂ ਕਿਹਾ, ਸਿਰਫ ਦਾਸਤਾਨ ਬਿਆਨ ਕੀਤੀ ਆ, ਕਿਉਂਕਿ ਦਾਸਤਾਨ ਬਿਆਨ ਕਰਨਾ ਤਾਂ ਸਾਡਾ ਹੱਕ ਹੈ ਨਾ, ਕਿ ਸਾਡੇ ਨਾਲ ਜਿਹੜਾ ਕੋਈ ਧੱਕਾ ਹੋ ਰਿਹਾ, ਵਿਤਕਰਾ ਹੋ ਰਿਹਾ, ਉਹ ਤਾਂ ਮੈਂ ਕਹਿ ਸਕਦਾ ਨਾ। ਅਤੇ ਮੈਂ ਨਾਲ ਇਹ ਕਹਿ ਰਿਹਾ ਵਾਂ ਕਿ ਗਵਰਨਮੈਂਟ ਆਫ ਇੰਡੀਆ ਨੂੰ ਕੋਈ ਇੱਦਾਂ ਦਾ ਅੱਛਾ ਸਟੈਪ ਚੁੱਕਣਾ ਚਾਹੀਦਾ ਕਿ ਤਾਂ ਕਿ ਜਿਹੜੀਆਂ ਇੰਜਰਡ ਫੀਲਿੰਗਸ ਨੇ ਪੰਜਾਬੀਆਂ ਦੀ ਅਤੇ ਸਿੱਖਾਂ ਦੀ, ਉਹਦੇ 'ਤੇ ਮਰਮ ਲਾ ਦਿਓ, ਤੁਸੀਂ ਮਰਮ ਲਾ ਦਿਓ ਉਹਦੇ 'ਤੇ ਸਿਰਫ। ਪਰ ਸੁਨੀਲ ਜਾਖੜ ਜੀ ਕਹਿੰਦੇ ਨੇ ਕਿ ਮੁਕੱਦਮਾ ਦਰਜ ਹੋਣਾ ਚਾਹੀਦਾ, ਇੰਨੀਆਂ ਗੱਲਾਂ 'ਤੇ ਸਿਰਫ ਮਰਮ ਲਾਉਣ ਦੀ ਗੱਲ ਦੇ ਉੱਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਵਾ। ਮੈਂ ਸੁਨੀਲ ਜਾਖੜ ਨੂੰ ਅਤੇ ਕੈਪਟਨ ਨੂੰ ਅਤੇ ਬਿਕਰਮ ਨੂੰ ਅਤੇ ਸੁਖਬੀਰ ਨੂੰ ਪੁੱਛਣਾ ਚਾਹੁੰਦਾ ਕਿ ਇਸੇ ਦੇਸ਼ ਵਿੱਚ ਫਿਰ ਕਾਨੂੰਨ ਇੱਕ ਹੋਣਾ ਚਾਹੀਦਾ ਨਾ। ਜੇ ਖਾਲਿਸਤਾਨ ਬਣਾਉਣ ਵਾਲੇ, ਗੱਲਾਂ ਕਰਨ ਵਾਲੇ ਵੱਖਵਾਦੀ ਨੇ, ਦੇਸ਼ ਨੂੰ ਤੋੜਨ ਵਾਲੇ ਨੇ, ਅਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ, RSS ਦੇ, ਵਿਸ਼ਵ ਹਿੰਦੂ ਪਰਸਨ ਪਰਿਸ਼ਦ ਦੇ ਲੀਡਰਾਂ ਨੇ ਰਿਪੀਟਿਡ, ਇੱਕ ਨਹੀਂ 10 ਨਹੀਂ ਦਰਜਨਾ ਵਾਰ, ਸ਼ਾਇਦ ਹੁਣ ਤਾਂ ਸੈਂਕੜੇ ਵਾਰ ਲੰਘ ਗਿਆ ਹੋਊਗਾ, ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਵਾਂਗੇ, ਬਣਾ ਰਹੇ ਹਾਂ, ਲੇਕਿਨ ਉਹ ਵੀ ਐਂਟੀ ਨੈਸ਼ਨਲ ਨਹੀਂ ਗਿਣਿਆ ਜਾਊਗਾ, ਬਿਕੋਜ਼ ਦੇ ਫੀਲ ਕਿ ਅਸੀਂ ਇਸ ਦੇਸ਼ ਦੇ ਰਾਜ ਕਰਨ। ਮੈਂ ਸਾਰਿਆਂ ਨੂੰ ਐਜ਼ ਏ ਕਮਿਊਨਿਟੀ ਨਹੀਂ ਟਾਰਗੇਟ ਕਰ ਰਿਹਾ, ਸਿਰਫ ਉਹਨਾਂ ਲੋਕਾਂ ਨੂੰ ਜਿਹਨਾਂ ਲੋਕਾਂ ਨੇ ਇਹ ਇਸ ਤਰ੍ਹਾਂ ਦਾ ਏਜੰਡਾ, ਬਿਕੋਜ਼ ਆਫਟਰ ਆਲ ਇੰਡੀਆ ਇਜ਼ ਨੋਟ ਓਨਲੀ ਵਨ ਕਮਿਊਨਿਟੀ, ਵਨ ਰਿਲੀਜਨ ਨੇਸ਼ਨ, ਇਟਸ ਅ ਮਲਟੀ ਲਿੰਗੁਅਲ, ਮਲਟੀ ਕਲਚਰਲ, ਮਲਟੀ ਰਿਲੀਜਸ ਕੰਟਰੀ। ਐਵਰੀ ਹਰ 100 ਮੀਲ ਬਾਅਦ ਤਾਂ ਤਕਰੀਬਨ ਪਹਿਰਾਵਾ ਬਦਲਦਾ ਵਾ, 100 ਮੀਲ ਕਹਿ ਰਿਹਾ, 100-150 ਮੀਲ ਬਾਅਦ ਪਹਿਰਾਵਾ, ਜ਼ੁਬਾਨ ਅਤੇ ਧਰਮ ਬਦਲ ਜਾਂਦਾ ਵਾ। ਕਿ ਸਭ ਨੂੰ ਅਧਿਕਾਰ ਨਹੀਂ ਹੈਗਾ ਕਿ ਅਸੀਂ ਇਕੱਠੇ ਰਹਿ ਕੇ ਕੰਮ ਕਰੀਏ। ਇੱਕ ਐਕਟ ਮੈਂ ਭੁੱਲ ਚੱਲਿਆ ਸੀ ਅਕਾਲੀਆਂ ਦਾ, ਜਿਹੜਾ ਕਿ ਬਿਕਰਮ ਅਤੇ ਸੁਖਬੀਰ ਨੂੰ ਜ਼ਰੂਰ ਪੁੱਛੋ, ਜੇ ਕਿਤੇ ਆਉਣਗੇ ਤੁਹਾਡੇ ਇੱਥੇ ਕਾਬੂ ਆ ਜਾਣਗੇ ਕਿਤੇ ਨਾ ਕਿਤੇ। ਇਹ ਕਹਿੰਦੇ ਆ ਕਿ ਮੈਂ ਵੱਖਵਾਦੀ ਹਾਂ ਜੀ, ਇਹਨਾਂ ਨੇ ਗਲਤ ਬਿਆਨ ਦਿੱਤਾ ਜਿਹੜਾ ਕਿ ਮੈਂ ਦਿੱਤਾ ਨੀਗਾ। ਤੁਹਾਨੂੰ ਸਾਰਿਆਂ ਨੂੰ ਯਾਦ ਹੈ ਕਿ 1982 ਦੇ ਅਪ੍ਰੈਲ ਵਿੱਚ ਅਕਾਲੀ ਦਲ ਦਾ ਇੱਕ ਵਫਦ ਦਿੱਲੀ ਜਾਂਦਾ ਵਾ, ਲੋਕ ਸਭਾ ਦੇ ਬਾਹਰ ਕੌਂਸਟੀਟਿਊਸ਼ਨ ਆਫ ਇੰਡੀਆ ਦੀ ਕਾਪੀਆਂ ਸਾੜੀਆਂ, ਇਹਨਾਂ ਨੇ ਕੌਂਸਟੀਟਿਊਸ਼ਨ ਆਫ ਇੰਡੀਆ ਦੀ ਕਾਪੀਆਂ ਸਾੜੀਆਂ ਵਾ। ਪ੍ਰਕਾਸ਼ ਸਿੰਘ ਬਾਦਲ ਉਹਦੇ ਵਿੱਚ ਸ਼ਾਮਿਲ ਸੀ, ਕਿਉਂ ਸਾੜੀਆਂ ਇਹ ਵੀ ਸੁਣ ਲਓ। ਦੇ ਵਾਜ਼ ਸੀਕਿੰਗ ਐਨ ਅਮੈਂਡਮੈਂਟ ਟੂ ਆਰਟੀਕਲ 25 ਕਲੋਜ਼ 2B ਕਿ ਸਿੱਖ ਜਿਹੜੇ ਨੇ ਉਹ ਹਿੰਦੂ ਧਰਮ ਦਾ ਹਿੱਸਾ ਹੈ। ਇਹ ਬਾਦਲ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ। ਬਾਦਲ ਨੇ ਕਿਹਾ ਅਸੀਂ ਇਸ ਨੂੰ ਨਹੀਂ ਮੰਨਦੇ, ਪਾੜਿਆ ਸਾੜਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ, ਲੇਕਿਨ ਉਹ ਐਂਟੀ ਨੈਸ਼ਨਲ ਨਹੀਂ ਕਰਾਰ ਦਿੱਤੇ ਜਾਣਗੇ, ਕਿਉਂਕਿ ਸੈੱਟ ਨੇ ਇੱਕ ਦੂਜੇ ਦੇ ਨਾਲ, ਠੀਕ ਨੇ। ਇਸ ਲਈ ਮੈਂ ਅੱਜ ਆਈ ਵਾਂਟ ਟੂ ਰੈਸਟ ਦਿਸ ਕੰਟਰੋਵਰਸੀ ਫੋਰ ਵੰਸ ਐਂਡ ਆਲ, ਬਿਕੋਜ਼ ਐਵਰੀ ਡੇ ਆਈ ਡੋਂਟ ਫੀਲ ਲਾਈਕ ਯੂ ਨੋ ਕਮਿੰਗ ਆਊਟ, ਆਈ ਐਮ ਨੋਟ ਅ ਕਾਵਰਡ, ਮੈਂ ਕੋਈ ਕਾਇਰ ਡਰਪੋਕ ਆਦਮੀ ਨਹੀਂ ਗਾ, ਸ਼ਾਇਦ ਅੱਜ ਤੋਂ ਬਾਅਦ ਮੈਂ ਕਲੈਰੀਫਿਕੇਸ਼ਨ ਵੀ ਨਹੀਂ ਦਊਂਗਾ। ਫਿਰ ਜੋ ਕਿਸੇ ਨੇ ਦਿਲ ਕਰਦਾ ਕੰਸਟਰੂ ਕਰਨਾ, ਲਿਖਣਾ ਪੜ੍ਹਨਾ, ਇਟਸ ਅਪ ਟੂ ਦੈਮ, ਇਟਸ ਅਪ ਟੂ ਦੇਅਰ ਵਿਜ਼ਡਮ, ਬਟ ਆਈ ਵਾਂਟ ਟੂ ਸੇ ਕਿ ਮੈਂ ਇਹਨਾਂ ਗੱਲਾਂ ਦਾ ਹਮਾਇਤੀ ਨਹੀਂ ਗਾ, ਅਤੇ ਨਾ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਸੀਗੀ ਬਿਲਕੁਲ ਵੀ। ਇਹ ਸਾਰੀਆਂ ਗੱਲਾਂ ਐਟਰੀਬਿਊਟ ਕੀਤੀਆਂ ਗਈਆਂ ਔਨ ਹੇਅਰ ਸੇ, ਬਿਕੋਜ਼ ਦੈਟ ਵਨ ਰਿਪੋਰਟ, ਇਟ ਵਾਜ਼ ਦ ਬੇਸਿਸ। ਉਸ ਰਿਪੋਰਟ ਨੂੰ ਨਾ ਜਾਖੜ ਨੇ ਤਸਦੀਕ ਕੀਤਾ, ਨਾ ਕੈਪਟਨ ਨੇ ਕੀਤਾ। ਆਫਟਰ ਆਲ ਅਮਰਿੰਦਰ ਸਿੰਘ ਇੱਕ ਚੀਫ ਮਿਨਿਸਟਰ ਲੈਵਲ ਦਾ ਅਫਸਰ ਸੀ, ਮੈਨੂੰ ਉਹ ਪਹਿਲਾਂ ਵੈਰੀਫਾਈ ਕਰ ਲੈਂਦੇ ਕਿ ਇਹ ਬਿਆਨ ਵਾਕਈ ਸੁਖਪਾਲ ਖਹਿਰਾ ਨੇ ਦਿੱਤਾ ਵਾ। ਬਸ ਉਹਦੇ ਤੋਂ ਤੜਾ ਤੜ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਸਾਰੀਆਂ। ਇਸ ਲਈ ਮੇਰਾ ਇਹ ਇੰਨਾ ਹੀ ਬਣਦਾ ਸੀਗਾ ਫਰਜ਼। ਅੱਜ ਮੈਂ ਤੁਹਾਨੂੰ ਬੇਨਤੀ ਕਰਨੀ ਕਿ ਪਲੀਜ਼ ਲੈਟਸ ਰਿਫਰੇਨ ਫਰੋਮ ਕ੍ਰੋਸ ਕੁਐਸਚਨਿੰਗ ਟੂਡੇ ਪਲੀਜ਼, ਬਿਕੋਜ਼ ਲੈਟ ਮਾਈ ਵਿਊ ਪੁਆਇੰਟ ਗੋ ਵੰਸ ਅਗੇਨ। ਹਾਂਜੀ, ਦੇ ਹੈਵ ਫਾਲਨ ਇਨ ਟੂ ਦ ਵੈਲ ਪਲਾਨ ਟਰੈਪ ਆਫ ਕਾਂਗਰਸ ਐਂਡ ਅਕਾਲੀ ਦਲ। ਜੋ ਅਕਾਲੀ ਅਤੇ ਕਾਂਗਰਸ ਚਾਹੁੰਦੇ ਸੀ
ਉਸ ਟਰੈਪ ਵਿੱਚ ਫਸ ਗਏ ਨੇ ਅਤੇ ਮੈਨੂੰ ਦੁੱਖ ਇਸ ਕਰਕੇ ਆ ਕਿ ਉਹ ਦੂਜੇ ਤਾਂ ਰੋੜੇ ਪੱਥਰ ਗੋਲੀਆਂ ਮਾਰਨ, ਦੁੱਖ ਨਹੀਂ ਲੱਗਦਾ, ਆਪਣੇ ਫੁੱਲ ਵੀ ਮਾਰ ਦੇਣਾ ਤਾਂ ਦੁੱਖ ਲੱਗਦਾ ਹੁੰਦਾ ਵਾ। ਅਤੇ ਡਾਕਟਰ ਬਲਬੀਰ ਦਾ ਫਰਜ਼ ਬਣਦਾ ਸੀਗਾ ਕਿ ਮੇਰੇ ਨਾਲ ਪਹਿਲਾਂ ਗੱਲ ਕਰ ਲੈਂਦੇ, ਵਿਦਾਊਟ ਟਾਕਿੰਗ ਟੂ ਮੀ, ਵਿਦਾਊਟ ਟੇਕਿੰਗ ਮਾਈ ਵਿਊ ਪੁਆਇੰਟ। ਇਹ ਸਟੇਟਮੈਂਟ ਇਜ਼ ਇਸ਼ੂਡ ਇਨ ਦੀ ਮੀਡੀਆ ਦੈਟ ਵੀ ਵਿਲ ਟੇਕ ਐਕਸ਼ਨ ਅਗੇਂਸਟ ਖੇਰਾ ਐਂਡ ਆਮ ਆਦਮੀ ਸਟੈਂਡਸ ਫੋਰ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਦਿਸ ਕੰਟਰੀ। ਹੂ ਸੇਜ਼ ਵੀ ਡੋਂਟ ਸਟੈਂਡ? ਜਦ ਮੈਂ ਐਫੀਡੇਵਿਟ ਫਾਈਲ ਕਰ ਰਿਹਾ ਇਲੈਕਸ਼ਨ ਲੜਨ ਵਾਲ, ਹੁਣੇ 2017-18 ਦੇ ਵਿੱਚ ਆਏ, ਮੈਂ ਜਦ ਕਹਿ ਰਿਹਾ ਕਿ ਅਸੀਂ ਯੂਨਿਟੀ ਅਤੇ ਇੰਟੈਗ੍ਰਿਟੀ ਦੇ ਮੁੱਦੇ ਹੀ ਹਾਂ, ਅਤੇ ਫਿਰ ਕਹਿ ਫਿਰ ਉਹਨਾਂ ਨੂੰ ਮੇਰੇ ਤੋਂ ਬਗੈਰ ਪੁੱਛੇ ਇਹ ਬਿਆਨ ਜਿਹੜਾ ਸੀਗਾ ਮੀਡੀਆ ਦੇ ਵਿੱਚ ਨਹੀਂ ਸੀ ਦੇਣਾ ਚਾਹੀਦਾ। ਇਸ ਕਰਕੇ ਮੈਨੂੰ ਉਹਨਾਂ ਦਾ ਦੁੱਖ ਹੈ। ਹੈਵਿੰਗ ਸੈਡ ਆਲ ਦਿਸ, ਆਈ ਰਿਕੁਐਸਟ ਯੂ ਆਲ, ਬਿਕੋਜ਼ ਇਫ ਸੰਬਡੀ ਇਜ਼ ਸੇਇੰਗ ਸਮਥਿੰਗ ਇਟ ਮਸਟ ਬੀ ਰਿਪੋਰਟਡ, ਬਟ ਇਫ ਸੰਬਡੀ ਇਜ਼ ਨੋਟ ਸੇਇੰਗ ਦੈਟ ਥਿੰਗ ਇਟ ਸ਼ੁੱਡ ਨੋਟ ਬੀ ਮਿਸ ਰਿਪੋਰਟਡ। ਦੈਟ ਇਜ਼ ਆਲ ਮਾਈ ਆਰਗੂਮੈਂਟ। ਬਾਕੀ ਗੱਲਾਂ ਅੱਜ ਪਲੀਜ਼ ਮੈਂ ਤੁਹਾਨੂੰ ਬੇਨਤੀ ਕਰਨੀ ਹੈ, ਲਾਸਟ ਤੁਹਾਡਾ ਪੱਕਾ ਨਾ ਜੀ? ਨਹੀਂ ਤੁਹਾਡਾ ਕੀ ਪੱਕਾ? ਸਾਰਿਆਂ ਨੂੰ ਤੁਹਾਨੂੰ ਮੈਂ ਅਲੱਗ ਇੰਟਰਵਿਊ ਦਊਂਗਾ ਸਾਰਿਆਂ ਨੂੰ। ਨਹੀਂ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਜੀ, ਨਹੀਂ ਬਸ ਮੈਂ ਕਹਿਤਾ ਜੋ ਕਹਿਣਾ ਸੀਗਾ ਕਿ ਇਟਸ ਅ ਵੈਰੀ ਫੇਅਰ ਨਿਊਜ਼ ਪੇਪਰ, ਆਈ ਬਿਕੋਜ਼ ਸਭ ਤੋਂ ਪਹਿਲਾਂ ਮੈਂ ਵੀ ਪੜ੍ਹਦਾ ਉਸ ਅਖਬਾਰ ਨੂੰ, ਬਟ ਦੈਨ ਆਈ ਵਾਸ ਸ਼ੌਕ ਟੂ ਰੀਡ ਦੈਟ ਸਟੇਟਮੈਂਟ ਵਿਚ ਇਜ਼ ਨੋਟ ਮਾਈਨ। ਆਈ ਐਮ ਸੇਇੰਗ ਦੈਟ ਸਟੇਟਮੈਂਟ ਇਜ਼ ਨੋਟ ਮਾਈਨ। ਕੋਈ ਗੱਲ ਨਹੀਂ ਜੀ, ਚੱਲਦਾ ਰਹਿੰਦਾ ਜ਼ਿੰਦਗੀ 'ਚ, ਮੇਰੇ ਲਈ ਪਹਿਲਾਂ ਥੋੜ੍ਹੋ ਹੈਗਾ। ਉਹ ਕੀ ਕਹਿੰਦੇ ਹੁੰਦੇ, ਮੈਂ ਤਾਂ ਘੱਟ ਜਾਣਦਾ ਵੈਸੇ, ਕਾਬੁਲ 'ਚ ਜੰਮਿਆਂ ਨੂੰ ਨਿੱਤ ਮੁਹਿੰਮਾਂ, ਸੋ ਇਹ ਚੱਲਦੀਆਂ ਰਹਿੰਦੀਆਂ, ਇਹਦੇ 'ਚ ਕੀ ਗੱਲ ਹੈਗੀ ਆ? ਮੇਰਾ ਨਾਲੇ ਮੇਰੇ ਲਈ ਪਹਿਲੀ ਵਾਰ ਨੀਗਾ, ਤੁਸੀਂ ਇਹ ਬਿਲਕੁਲ ਉਹੀ ਸੀਨ ਰਿਪੀਟ ਹੋ ਰਿਹਾ ਜਦੋਂ ਮੈਂ ਡਰੱਗਸ ਵਿੱਚ, ਮੇਰੇ 'ਤੇ ਫਾਲਸ ਕੇਸ ਕਨਕੋਕਟਡ ਕੇਸ ਹੋਇਆ ਸੀਗਾ, ਇੰਨੀ ਹਾਹਾਕਾਰ ਮਚੀ, ਕੱਪੜਿਆਂ ਤੋਂ ਬਾਹਰ ਹੋ ਗਿਆ ਸੁਖਬੀਰ, ਵਿਕਰਮ, ਕੈਪਟਨ ਜਾਖੜ, BJP, ਕੋਈ ਰਿਹਾ ਨਹੀਂ ਜੀ, ਬਸ ਉਹੀ ਸੀਨ। ਇਹ ਸਮਝ ਲਓ ਐਪੀਸੋਡ 2 ਚੱਲ ਰਹੀ ਹੈ ਆਫ ਦੈਟ ਡਰੱਗਸ 2, ਯੂ ਨੋ ਡਿਫਰੈਂਟ। ਨਹੀਂ ਮੈਂ ਸਾਰੀ ਪਾਰਟੀ ਨਹੀਂ ਖੜੀ ਹੋਗੀ, ਨੋ ਸਾਰਾ ਮੈਂ ਤੁਹਾਨੂੰ ਦੱਸ ਰਿਹਾ, ਨੋ 99% ਆਫ ਦੀ ਕੇਡਰਸ ਐਂਡ ਦਾ ਲੀਡਰਸ਼ਿਪ ਐਂਡ ਦਾ ਆਰਗਨਾਈਜੇਸ਼ਨ ਸਟਰਕਚਰ ਮੇਰੇ ਨਾਲ ਨੇ, ਜਿਹੜੇ ਇੱਕ ਅੱਧਾ ਬੰਦੇ ਨੇ ਜਾ ਕੇ, ਨਹੀਂ ਅਗੇਂਸਟ ਵੀ ਮੈਂ ਉਹਨਾਂ ਨੂੰ ਅਗੇਂਸਟ ਨਹੀਂ ਕਰਾਰ ਦਿੰਦਾ, ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਟਰੈਪ 'ਚ ਫਸ ਗਏ ਨੇ। ਹੀ ਹੈਜ਼ ਫਾਲਨ ਇਨ ਦਾ ਟਰੈਪ ਅਨਨੋਇੰਗਲੀ, ਬਿਕੋਜ਼ ਹੀ ਡਜ਼ਨਟ ਗੋ ਦੈਟ ਡੀਪ ਟੂ ਥਿੰਕ ਕਿ ਟਰੈਪ ਇਹ ਹੋ ਕੀ ਰਿਹਾ ਵਾ, ਬਿਕੋਜ਼ ਟਰੈਪ ਇਹੀ ਆ ਜੀ ਕਿ ਇਸ ਪੰਜਾਬ ਦੇ ਵਿੱਚ ਨਰਮ ਨਰਮ ਪੋਲੀਟਿਕਸ ਚਾਹੀਦੀ ਸਾਰਿਆਂ ਨੂੰ। ਕੈਪਟਨ ਸਾਹਿਬ ਕਹਿ ਰਹੇ, ਬਾਦਲ ਹੋਣਾ ਨੂੰ ਕੁਛ ਦੱਸੋ, ਸਮਝਾ ਦਿਓ ਮੈਨੂੰ ਜੇ ਕਹਿ ਰਹੇ ਨੇ ਤਾਂ, ਵਿਕਰਮ ਮਜੀਠੀ ਨੂੰ ਕੁਛ ਕਹਿ ਰਹੇ ਨੇ ਕਦੀ? ਉਹਨਾਂ ਦੇ ਆਪਣੇ MLA ਥੱਕ ਗਏ, ਹਾਰ ਗਏ, ਅਸੈਂਬਲੀ 'ਚ ਰੌਲਾ ਪਾ ਲਿਆ, ਨਸ਼ੇ, ਕਿਹਾ ਕਿਸੇ ਨੇ ਕੁਛ? ਅਮਰਿੰਦਰ ਸਿੰਘ ਦੇ ਰਾਜ ਵਿੱਚ ਸੁਖਬੀਰ ਦੀਆਂ ਬੱਸਾਂ ਦਾ ਬਿਜ਼ਨਸ ਜ਼ਿਆਦਾ ਵੱਧ ਗਿਆ ਵਾ, ਅਮਰਿੰਦਰ ਸਿੰਘ ਦੇ ਰਾਜ ਵਿੱਚ ਸੁਖਬੀਰ ਸਿੰਘ ਬਾਦਲ ਦਾ ਕੁੱਲ ਟੋਟਲ ਵਪਾਰ ਹੋਰ ਫਲਰਿਸ਼ ਕਰ ਰਿਹਾ ਵਾ। ਵਾਟ ਡਜ਼ ਦੈਟ ਮੀਨ ਫਰੋਮ ਦਿਸ ਹੋਲ ਐਪੀਸੋਡ? ਸੋ ਦੇਰਫੋਰ ਤੁਹਾਡਾ ਮੈਂ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਨੂੰ। ਆਪਾਂ ਨਾ ਜੀ, ਇਟਸ ਅ ਥਿੰਗ ਆਫ ਦਾ ਪਾਸਟ, ਵੀ ਹੈਵ ਡਿਸਕਸਡ ਇਟ ਮੈਨੀ ਟਾਈਮਸ, ਆਈ ਕਾਂਟ ਸੇ ਇਫ ਵੈਦਰ ਵਨ ਸੱਚ ਇੰਸੀਡੈਂਟ। ਹੁਣ ਦੇਖੋ ਨਾ, ਮੌੜ ਬਲਾਸਟ ਹੋਇਆ ਸੀਗਾ ਉਹਨਾਂ ਦਿਨਾਂ 'ਚ, ਠੀਕ ਹੈ ਨਾ? ਤੁਹਾਨੂੰ ਯਾਦ ਹੈ ਕਿ ਮੌੜ ਬਲਾਸਟ ਵਿੱਚ ਕੀ ਕਿਹਾ ਗਿਆ ਸੀਗਾ ਕਿ ਇਟਸ ਅ ਹੈਂਡੀਵਰਕ ਆਫ ਆਪ ਵਿਚ ਵਾਂਟਸ ਟੂ ਡੀਸਟੇਬਲਾਈਜ਼ ਦਿਸ ਕੰਟਰੀ ਐਂਡ ਪੰਜਾਬ, ਟੂ ਥਰੈਟਨ ਟੂ ਇੰਟੀਮੀਡੇਟ ਏ ਸੈਕਸ਼ਨ ਆਫ ਵੋਟਰਸ। ਅਤੇ ਆ ਮੌੜ ਬਲਾਸਟ ਵਿੱਚ ਲੱਭਿਆ ਕੌਣ ਹੈ? ਪਹਿਲੀ ਗੱਲ ਤਾਂ ਅੱਜ ਤੱਕ ਕੰਪਲੀਟ ਨਹੀਂ ਕੀਤੀ ਇਨਵੈਸਟੀਗੇਸ਼ਨ, ਬਟ ਵੇਅਰ ਡਿਡ ਦੀ ਨੀਡਲ ਆਫ ਸਸਪੈਸ਼ਨ ਗੋ? ਵੇਅਰ ਡਿਡ ਦੀ ਨੀਡਲ ਆਫ ਸਸਪੈਸ਼ਨ ਇਨ ਦੀ ਬਰਗਾੜੀ ਕਮਿਸ਼ਨ ਗੋ? ਬਰਗਾੜੀ ਇਨਵੈਸਟੀਗੇਸ਼ਨ, ਵੇਅਰ ਇਜ਼ ਇਟ ਗੋਇੰਗ? ਇਟ ਹੈਜ਼ ਨੋਟ ਗੋਨ ਟੂ ਆਪ।
ਹੁਣ ਜਾਣ ਅੱਜ ਜਾਣ ਧੰਨਵਾਦ ਜੀ ਥੈਂਕ ਯੂ।